ਜੂਨ ਦਾ ਮਹੀਨਾ ਆਉਣ ਵਾਲਾ ਹੈ, ਉਹ ਮਹੀਨਾ ਜੋ ਸਿੱਖ ਕੌਮ ਦੀ ਰੂਹ ਨਾਲ ਜੁੜਿਆ ਹੋਇਆ ਹੈ, ਉਹ ਮਹੀਨਾ ਜਦੋਂ ਦਿੱਲੀ ਤੋਂ ਚੜ ਕੇ ਆਈ ਹਿੰਦ ਫੌਜ ਨੇ ਅਕਾਲ ਪੁਰਖ ਦੀ ਫੌਜ ਕੋਲੋਂ ਮੂੰਹ ਦੀ ਖਾਧੀ, ਉਹ ਮਹੀਨਾ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਲਾਹੀ ਕੀਰਤਨ ਦੀ ਥਾਂ 'ਤੇ ਬੰਬਾਂ ਅਤੇ ਗੋਲੀਆਂ ਦੀ ਆਵਾਜ਼ ਹੀ ਸੁਣਦੀ ਸੀ, ਉਹ ਮਹੀਨਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਿੰਦ ਫੌਜ ਨੇ ਤੋਪਾਂ ਟੈਂਕਾਂ ਨਾਲ ਗੋਲੇ ਦਾਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾ ਦਿੱਤਾ। ਇਸ ਮਹੀਨੇ 2 ਤੋਂ 6 ਜੂਨ ਤੱਕ ਸੰਨ 1984 ਵਿੱਚ ਘੱਲੂਘਾਰਾ ਹੋਇਆ, ਜਿਸ ਬਾਰੇ ਸਾਰੀ ਦੁਨੀਆਂ ਵਿੱਚ ਵਸਦੇ ਸਿੱਖ ਜਾਣੂ ਹਨ। ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਮਹਿਜ਼ 200 ਸਿੰਘਾਂ ਦੀ ਗਿਣਤੀ, ਜਿਨ੍ਹਾਂ ਕੋਲ ਕੋਈ ਆਧੁਨਿਕ ਹਥਿਆਰ ਵੀ ਨਹੀਂ ਸਨ, ਦੂਜੇ ਪਾਸੇ ਦੁਨੀਆਂ ਦੀ ਚੌਥੀ ਵੱਡੀ ਤਾਕਤ ਹਿੰਦੁਸਤਾਨ ਦੀ ਫੌਜ, ਫੌਜ ਦੇ ਸਾਰੇ ਵਿੰਗ ਅਤੇ ਨਾਲ ਸਹਾਇਤਾ ਲਈ ਬਰਤਾਨੀਆ, ਰੂਸ, ਇਜ਼ਰਾਈਲ ਜਿਹੇ ਮੁਲਕਾਂ ਦੇ ਆਫਿਸਰ ਅਤੇ ਏਜੰਸੀਆਂ ਸਨ। ਇਸ ਜੰਗ ਵਿੱਚ ਜੋ ਕੁਝ ਵੀ ਹੋਇਆ ਉਸ ਬਾਰੇ ਸਾਰੀ ਦੁਨੀਆ ਵਾਕਿਫ ਹੈ ਕਿ ਕਿਵੇਂ 24 ਘੰਟਿਆਂ ਵਿੱਚ ਹਮਲਾ ਕਰਕੇ ਅੰਦਰੋਂ ਸਿੰਘਾਂ ਨੂੰ ਖਤਮ ਕਰਨ ਅਤੇ ਸੰਤ ਭਿੰਡਰਾਂ ਵਾਲਿਆਂ ਨੂੰ ਫੜਨ ਦੀਆਂ ਡੀਂਗਾਂ ਮਾਰੀਆਂ ਗਈਆਂ ਸਨ, ਪਰ ਜਦੋਂ ਫੌਜ ਨੇ ਅੰਦਰ ਪੈਰ ਪਾਏ ਤਾਂ ਕੁਝ ਅਜਿਹਾ ਹੋਇਆ ਕਿ ਵੱਡੇ ਵੱਡੇ ਫੌਜੀ ਅਫਸਰ ਦੇਖ ਕੇ ਪਿੱਛੇ ਭੱਜ ਗਏ। ਸਿੰਘਾਂ ਦੀ ਬਹਾਦਰੀ ਤੇ ਦਲੇਰੀ ਦੀ ਮਿਸਾਲ ਇਸ ਵੀਡੀਓ ਵਿੱਚ ਇਸ ਫੌਜੀ ਦੇ ਕੋਲੋਂ ਸੁਣੋ। ਮਗਰ ਅਧਿਕਾਰੀ ਕੇ ਕਰਤਵਯ ਕੋ ਸਮਝਤੇ ਹੋਏ ਜਬ ਮੇਰੀ ਪਲਟਨ ਕੀ ਇੱਜ਼ਤ ਪੇ ਬਨ ਗਈ ਔਰ ਮੁਝੇ ਇਹ ਟਾਸਕ ਦੇ ਦਿਆ ਗਿਆ ਕਿ ਏਕ ਵਿੰਗ ਮੇ ਸੇ ਗੋਲਡਨ ਟੈਂਪਲ ਕੇ ਮੈਂ ਇਨ ਮੁਦਰੋਈਓ ਕੋ ਉਨਕੇ ਹਥਿਆਰੋਂ ਕੇ ਸਾਥ ਹਟਾ ਦੂੰ, ਤੋ ਮੇਰੇ ਸਭ ਕਮਿਊਨਿਟੀਜ਼, ਸਭ ਧਰਮੋਂ ਕੇ ਜਵਾਨੋਂ ਨੇ ਹਾਥ ਖੜੇ ਕਰਕੇ ਇਸ ਟਾਸਕ ਕੋ ਪੂਰਾ ਕਰਨੇ ਕੀ ਸ਼ਪਥ ਖਾਈ। ਔਰ ਜਬ ਮੈਂ ਇਸ ਗੇਟ ਮੇ ਸਿਕਿਓਰ ਕਰਨੇ ਕੇ ਲੀਏ ਘੁਸਾ ਤੋ ਮੇਰੇ ਜਵਾਨੋਂ ਕੇ ਪੈਰ ਮੇ ਚੋਟੇ ਘੁਸਤੇ ਹੀ ਲੱਗ ਗਈ, ਔਰ ਜਬ ਮੈਨੇ ਦੇਖਾ ਥੋੜੀ ਦੇਰ ਬਾਅਦ ਅੰਧੇਰੇ ਮੇ ਪਤਾ ਚਲਾ ਕਿ ਫਾਇਰ ਤਹਿਖਾਨੋਂ ਸੇ ਔਰ ਨੀਚੇ ਸੇ ਉਪਰ ਮੇਰੇ ਜਵਾਨੋਂ ਕੋ ਮਾਰਨੇ ਕੇ ਲੀਏ ਆ ਰਹਾ ਹੈ। ਐਸੀ ਸਿਖਲਾਈ ਮੈਨੇ ਆਮ ਤੌਰ ਪੇ ਫੌਜ ਮੇ ਵੀ ਨਹੀਂ ਦੇਖੀ ਹੈ। ਇਹ ਤਾਂ ਸਿਰਫ ਇੱਕ ਉਦਾਹਰਣ ਹੈ ਜੋ ਦੱਸਦੀ ਹੈ ਕਿ ਇਸ ਲਾਸਾਨੀ ਜੰਗ ਵਿੱਚ ਸਿੰਘਾਂ ਨੇ ਬਹਾਦਰੀ ਦੇ ਕੀ ਜੌਹਰ ਦਿਖਾਏ, ਪਰ ਇਸ ਦੇ ਮੁਕਾਬਲੇ ਹਿੰਦ ਫੌਜ ਨੇ ਸਿੱਖ ਕੌਮ ਨਾਲ ਕੀ ਕੀਤਾ ਉਸ ਦੀ ਉਦਾਹਰਣ ਇਸ ਹਮਲੇ ਮੌਕੇ ਚਸ਼ਮਦੀਦ ਇੱਕ ਸਿੰਘ ਨੇ ਦੱਸੀ ਕਿ ਕਿਵੇਂ ਫੌਜ ਨੇ ਨਿੱਕੇ ਨਿੱਕੇ ਸਿੱਖ ਬੱਚਿਆਂ ਨੂੰ ਫੜ ਕੇ ਪਹਿਲਾਂ ਉੱਪਰ ਸੁੱਟਿਆ ਤੇ ਫਿਰ ਬੰਦੂਕ ਦੇ ਬ੍ਰਸਟ ਮਾਰ ਕੇ ਸ਼ਹੀਦ ਕੀਤਾ। ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਭਿਆ, ਜੇ ਮੈਂ ਮੇਰੀ ਅੱਖਾਂ ਅੱਗੇ ਅੱਜ ਵੀ ਉਹ ਸਾਰਾ ਸੀਨ ਘੁੰਮਦਾ ਜਦੋਂ ਅਸੀਂ ਪਰਿਕਰਮਾ ਚ ਬੰਨ ਕੇ ਬੈਠਾਏ ਹੋਏ ਸੀਗੇ, ਇੱਕ ਛੋਟੀ ਉਮਰ ਦੀ ਲੇਡੀ ਗੋਲੀ ਵੱਜ ਕੇ ਮਰੀ ਪਈ ਹੈ, ਉੱਥੇ ਪ੍ਰਕਰਮਾਂ 'ਚ ਲੇਟ ਰਹੀ ਹੈ, ਉਹਦਾ ਛੋਟਿਆ ਉਮਰ ਦਾ 3-4 ਮਹੀਨੇ ਦਾ ਮੇਰਾ ਸਾਹਿਬ ਬੱਚਾ ਹੋਊਗਾ ਜਿਹੜਾ ਮੈਂ ਦੇਖ ਰਿਹਾ ਸੀ ਨੰਗੇ ਬੈਠੇ ਹਾਂ। ਉਹ ਇੱਕ ਫੌਜੀ ਆ ਰਹੇ ਆ ਪ੍ਰਕਰਮਾਂ, ਸਾਨੂੰ ਠੁੱਡ ਮਾਰ ਕੇ ਲੰਘਿਆ, 2 ਵਾਰੀ ਸਾਨੂੰ ਠੁੱਡ ਮਾਰ ਕੇ ਲਾਗੋਂ ਲੰਘਦੇ ਰਹੇ ਆ, ਉਹ ਬੱਚੇ ਕੋਲੇ ਗਏ ਆ, ਬੱਚਾ ਉੱਤੇ ਲੇਟ ਰਿਹਾ ਉਹਦੀ ਛਾਤੀ ਦੇ ਉੱਤੇ, ਇਹਨਾਂ ਇੱਕ ਫੌਜੀ ਨੇ ਉਹਨੂੰ ਤਾਂ ਚੁੱਕਿਆ ਪੂਰੇ ਜ਼ੋਰ ਨਾਲ ਉੱਪਰ ਸੁੱਟਿਆ, ਦੂਜੇ ਨੇ ਬ੍ਰੈਸਟ ਮਾਰਿਆ ਉਹਨੂੰ ਮਾਰ ਦਿੱਤਾ। ਮਤਲਬ ਉਹ ਜਿਹੜਾ ਮੰਜ਼ਰ ਅਸੀਂ ਦੇਖੇ ਹੋਏ ਨਾ, ਇੱਕ ਔਰਤ ਤਾਂ ਪਤਾ ਨਹੀਂ ਕਿਹਦੀ ਗੋਲੀ ਨਾਲ ਮਾਰੀ ਗਈ, ਪਰ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਦੇਖਿਆ ਕਿ ਉਹ ਔਰਤ ਦਾ ਬੱਚਾ ਜਿਹੜਾ 3-4 ਮਹੀਨੇ ਦਾ ਤਾਂ ਉੱਪਰ ਚੁੱਕ ਕੇ ਥੱਲਿਓ ਬ੍ਰੈਸਟ ਮਾਰਿਆ ਗਿਆ, ਉਹ ਮੇਰੇ ਨਾ ਕਾਬਲੇ ਬਰਦਾਸ਼ਤ ਸੀਗਾ ਕਿ ਅਸੀਂ ਉਹ ਬਰਦਾਸ਼ਤ ਕਰ ਸਕਦੇ, ਜੇ ਅਸੀਂ ਵੱਜੇ ਨਾ ਹੁੰਦੇ ਸ਼ਾਇਦ ਅਸੀਂ ਫੌਜੀਆਂ ਦੇ ਗੱਲ ਵੀ ਪੈ ਜਾਂਦੇ।